ਸਾਡੇ ਪੰਜਾਬ ਦੇ ਵਿੱਚ ਜਿਹੜੇ ਜੇ ਇੰਡਸਟਰੀ ਕਾਰਖਾਨੇ ਲੱਗੇ ਹੋਣ ਤਾਂ ਜਿੰਨੇ ਇਹ ਜਿਹੜੇ ਅੱਤਵਾਦੀ ਵੱਖਵਾਦੀ ਜਿਹੜੇ ਖੜ੍ਹੇ ਹੁੰਦੇ ਆ ਜਿਹੜੇ ਗੈਂਗਸਟਰ ਬਣਦੇ ਉਹ ਬਣਦੇ ਹੀ ਨਾ ਜੇ ਜੇ ਹੁਣ ਤੁਹਾਨੂੰ ਆਹ ਅੱਜ ਕੰਮ ਸੌਂਪਿਆ ਤੁਸੀਂ ਕੰਮ ਕਰੀ ਜਾਂਦੇ ਨਾ ਤੁਹਾਡੀ ਕੰਮ 'ਚ ਨਿਗਾਹ ਅਤੇ ਅਸੀਂ ਆਹ 15 ਇੱਥੇ ਵਿਹਲੇ ਬੈਠੇ ਸਾਡੀ ਇਹਦੇ 'ਚ ਨਿਗਾਹ ਕੰਮ 'ਚ ਵੀ ਸਾਡੇ ਕੰਮ ਨਹੀਂ ਕੋਈ ਲੈਣ ਨਹੀਂ ਦੇਣੀ ਜਾਂ ਤਾਂ ਤਾਸ਼ ਪਿੱਛੇ ਲੜਾਂਗੇ ਜਾਂ ਅਸੀਂ ਇੱਕ ਦੂਜੇ ਨਾਲ ਤੂੰ ਮੈਨੂੰ ਐਂ ਕਹਿਤਾ ਮੈਂ ਤੈਨੂੰ ਐਂ ਕਹਿਤਾ ਜੇ ਸਾਡੇ ਕੋਲ ਕੰਮ ਹੋਵੇ ਤਾਂ ਅਸੀਂ ਲੜੀਏ ਨਾ ਬੋਲੀਏ ਨਾ ਸਾਡੀ ਨਿਗਾਹ ਕੰਮ 'ਚ ਹੋਵੇ ਮੈਂ ਬਾਹਰ ਜਾ ਕੇ ਆਇਆ 8-10-14 ਮਹੀਨੇ ਉੱਥੇ ਤੇਰੇ ਮੇਰੇ ਵਰਗੇ ਕਿਸੇ ਨੂੰ ਐਂ ਇੱਧਰ ਝਾਕਣ ਦਾ ਨਹੀਂ ਮਸਾਂ ਰਾਤ ਨੂੰ ਆਉਂਦੇ ਆ ਜਦੋਂ ਆਉਂਦੇ ਆ 12-13 ਘੰਟੇ ਲਾ ਕੇ ਜਵਾਕ ਵੀ ਜੇ ਨੇੜੇ ਹੁੰਦੇ ਆ ਤਾਂ ਜਿਹੜੀ ਮੰਮੀ ਹੁੰਦੀ ਜਿਹੜੀ ਮਾਂ ਹੁੰਦੀ ਜਿਹਨੂੰ ਕਹਿੰਦੇ ਆ ਉਹ ਵੀ ਹਜੇ ਜਿਵੇਂ ਗਾਂ ਦੁੱਧ ਨਹੀਂ ਨਿਕਲ ਆਉਂਦੀ ਆ ਬੱਚੇ ਨੇੜੇ ਨਹੀਂ ਲੱਗਣਦੀ ਕਿਉਂ ਤਾਂ ਸਾਰੇ ਦਿਨ ਦੀ ਥੱਕੀ ਹੁੰਦੀ ਆ ਅਤੇ ਜਿਹੜੇ ਇੱਥੇ ਸਾਡੇ ਸਾਰੇ ਦਿਨ ਬੁੜੀਆਂ ਕੁੜੀਆਂ ਵਿਹਲੀਆਂ ਮੁੰਡੇ ਵਿਹਲੇ ਆ ਉਹਨਾਂ ਨੇ ਇਹੀ ਇਹਨਾਂ 'ਚੋਂ ਉਹਨਾਂ 'ਚੋਂ ਉਹ ਹੀ ਪੈਦਾ ਹੋਣੇ ਆ ਵੱਖਵਾਦ ਵੀ ਪੈਦਾ ਹੋਣਗੇ ਅੱਤਵਾਦ ਵੀ ਪੈਦਾ ਹੋਣਗੇ ਗੈਂਗਸਟਰ ਅਤੇ ਜਿਹੜੇ ਆ ਫਿਰਦੇ ਆ ਸ਼ਹਿਰਾਂ ਦੇ ਵਿੱਚ ਜਿਹੜੇ ਕਰੈਕਟਰਲੈਸ ਆ ਉਹ ਲੋਕ ਵੀ ਉਹਨਾਂ 'ਚੋਂ ਪੈਦਾ ਹੁੰਦੇ ਆ ਵਿਹਲੜ ਚੋ ਵਿਹਲੜ ਆ ਸਾਡੇ ਸਾਡੇ ਕੋਲ ਕੋਈ ਕੰਮ ਹੈ ਨਹੀਂ ਗਾ ਲੋਕਾਂ ਕੋਲ ਨਹੀਂ ਭਗਵੰਤ ਮਾਨ ਕਹਿੰਦੇ ਨੇ ਵੀ ਬਾਹਰੋਂ ਵੀ ਲੈ ਕੇ ਆਵਾਂਗੇ ਰੁਜ਼ਗਾਰ ਦੇਵਾਂਗੇ ਮਾੜੇ ਪਾਸੇ ਛੱਡਾਂਗੇ ਜਦੋਂ ਕਹਿੰਦੇ ਆ ਜਦੋਂ ਕਹਿਤਾ ਉਹਨੂੰ ਤਾਂ ਅਸੀਂ ਵੇਖ ਲਾਂਗੇ ਹਜੇ ਅਸੀਂ ਕਹਿ ਨਹੀਂ ਸਕਦੇ ਵੀ ਉਹ ਕੁਛ ਵੀ ਜਦੋਂ ਨਾ ਉਹਦੇ ਜਿਵੇਂ ਹੁਣ ਆਹ ਇੱਦੋਂ ਪਹਿਲਾਂ 4 ਮਹੀਨੇ ਕੋਈ ਹੁੰਦੇ ਰਹਿੰਦੇ ਇੱਕਾ ਦੁੱਕਾ ਅੱਗੇ ਵੀ ਪਰ ਐਂ ਨਹੀਂ ਸੀ ਹੁੰਦਾ ਜਿਵੇਂ ਹੁਣ ਇਹ ਪੈਰ ਖਿੱਚਣ ਲੱਗ ਗਈ ਸਰਕਾਰ ਆਈ ਨਵੀਂ ਅਤੇ ਵਿੱਚ ਜਿਹੜੀਆਂ ਏਜੰਸੀਆਂ ਇਹਨਾਂ ਦੀਆਂ ਉਹ ਪੈਰ ਖਿੱਚਣ ਲੱਗੀਆਂ ਸੰਦੀਪ ਦਾ ਲੰਗਰ ਦਾ ਦੂਜਾ ਹੋ ਗਿਆ ਮਿੱਡੂ ਖੇੜੇ ਵਾਲੇ ਦਾ ਹੋ ਗਿਆ ਹੁਣ ਤੀਜਾ ਇਹ ਹੋ ਗਿਆ ਇੱਕ ਹੋਰ ਪੱਤਰਕਾਰ ਸੀ ਪਤਾ ਨਹੀਂ ਕੌਣ ਸੀ ਕਬੱਡੀ ਖਿਡਾਰੀ ਸੀ 4 ਤਾਂ ਇਹ ਨਿਗਾਹ 'ਚ ਆਏ ਹੋਏ ਨਾ ਜਿਹੜੇ ਹੋਏ ਆ ਮਰਡਰ ਕਿਵੇਂ ਲੱਗਦਾ ਬਾਪੂ ਸੁਧਰ ਸਕਦਾ ਸੁਧਰਦਾ ਜਿਹੜੇ ਸੁਧਰ ਸਕਦਾ ਸੀ ਐਂ ਕਹਿ ਸਕਦੇ ਵੀ ਅਸੀਂ ਤਾਂ ਕਹਿ ਦਈਏ ਵੀ ਸੁਧਰ ਸਕਦਾ ਪਰ ਸੁਧਰਨ ਨੇ ਇਹ ਜਿਹੜੇ ਅੱਜ ਇਹਨਾਂ ਦੀਆਂ ਜੜਾਂ ਮਾਰੀਆਂ ਨਾ ਇਹ ਨਹੀਂ ਸੁਧਰਨ ਦੇ ਇਹ ਤਾਂ ਦੱਦ ਅਤੇ ਚੰਬਲ ਸਾਨੂੰ ਲੱਗੀ ਹੋਈ ਹੈ ਇਹ ਤਾਂ ਸਾਡੇ ਨਾਲ ਹੀ ਜਾਊਗੀ ਇਹ ਜਿੰਨਾ ਚਿਰ ਅਸਲ ਤਾਂ ਫਿਰ ਹੁਣ ਹੋਰ ਦੇਖੋ ਜੀ ਜਦੋਂ 84 ਦਾ ਦੌਰ ਨਾ ਕਿ 90-91 'ਚ ਗਿਆ ਸੀਗਾ ਅਤੇ ਉਦੋਂ ਬੇਅੰਤ ਸਰਕਾਰ ਸੀਗੀ ਅਤੇ ਉਦੋਂ ਸਾਰੇ ਖਾੜਕੂ ਅੱਤਵਾਦੀ ਇਹਨਾਂ ਦੇ ਕੋਲ ਸੀ ਇਹਨਾਂ ਨੇ ਥੋੜ੍ਹੇ ਜਿਹੇ ਦਿਨਾਂ 'ਚ ਹੀ ਕਵਰ ਕਰ ਲਏ ਸੀ ਸਾਰਿਆਂ ਦਾ ਮਰਡਰ ਕਰ ਲਏਗਾ ਅਤੇ ਸਾਰੇ ਜਿਹੜੇ ਜਿੰਨੇ ਇਹਨਾਂ ਕੋਲ ਆਹ ਗੈਂਗਸਟਰ ਹੈ ਇਹਨਾਂ ਦੀ ਇਹਨਾਂ ਨਾਲ ਸਾਰੇ ਤੁਸੀਂ ਮੈਂ ਤਾਂ ਹੈ ਨਹੀਂ ਕੋਈ ਦੂਜਾ CID ਇੰਸਪੈਕਟਰ ਹੈ ਨਹੀਂਗਾ ਵੀ ਮੈਨੂੰ ਇਹ ਪਤਾ ਪਰ ਤਾਰਾਂ ਇਹਨਾਂ ਦੀਆਂ ਉਹਨਾਂ ਦੀਆਂ ਸਭ ਦੀਆਂ ਇਹਨਾਂ ਨਾਲ ਜੁੜੀਆਂ ਹੋਈਆਂ ਸਰਕਾਰ ਨਾਲ ਜੁੜੀਆਂ ਨੇ ਸਰਕਾਰ ਤੋਂ ਬਿਨਾਂ ਕੋਈ ਨਹੀਂ ਐਂ ਕਰ ਸਕਦਾ ਕੁਛ ਜਿਵੇਂ ਉਹਨੇ ਜੇਲ੍ਹ 'ਚ ਬੈਠਣੇ ਜ਼ਿੰਮੇਵਾਰੀ ਅਤੇ ਜੇਲ੍ਹ 'ਚ ਬੈਠੇ ਤਾਂ ਹੀ ਜ਼ਿੰਮੇਵਾਰੀਆਂ ਦਿੰਦੇ ਮੇਰੀ ਗੱਲ ਨਾਲੇ ਇੱਕ ਪਿੰਜਰੇ 'ਚ ਹੈ ਨਾਲੇ ਇੱਕ ਉਹ ਬਾਹਰ ਗੱਲਾਂ ਇਹੋ ਜਿਹੀਆਂ ਅਫਵਾਹਾਂ ਫੈਲਾਉਂਦਾ ਅਤੇ ਹੁਣ ਜਦੋਂ ਮੇਰੀ ਗੱਲ ਸੁਣ ਊਂ ਤਾਂ ਦੂਜਾ ਸਾਡੇ ਜਿਹੜਾ ਸਾਨੂੰ ਜੂਨ 84 'ਚ ਜਿਹੜਾ ਸਾਡਾ ਕਤਲੇਆਮ ਹੋਇਆ ਦਿੱਲੀ ਵਿੱਚ ਸਾਨੂੰ ਅੱਜ 40 ਸਾਲ ਤੋਂ 45 ਸਾਲ ਹੋ ਚੱਲੇ ਉਹਦੇ ਬਾਰੇ ਉਹਨਾਂ ਲੋਕਾਂ ਬਾਰੇ ਅਜੇ ਤੀਕ ਸਾਨੂੰ ਦੂਜਾ ਨਿਆਂ ਨਹੀਂ ਮਿਲਿਆ ਅਤੇ ਜਿਹੜੀ ਉਦੋਂ ਸਾਡੇ ਮੁੰਡਿਆਂ ਨੇ ਗੁਨਾਹ ਕੀਤਾ ਇੰਦਰਾ ਗਾਂਧੀ ਇੱਕ ਵਧੀਆ ਸ਼ਾਸਕ ਸੀ ਮੈਂ ਇੱਥੇ ਕਹੂੰਗਾ ਵਧੀਆ ਸ਼ਾਸਕ ਸੀ ਵਧੀਆ ਉਹਨੇ ਦੇਸ਼ ਨੂੰ ਚਲਾਇਆ ਸੀ ਪਰ ਇਹ ਜਿਹੜੇ ਸੀ ਲੋਕ ਇਹਨਾਂ ਨੇ ਕਾਂਗਰਸ ਨੇ ਅਕਾਲੀਆਂ ਨੇ ਜਿਵੇਂ ਪੰਜਾਬ ਦਾ ਮਾਹੌਲ ਵਿਗਾੜਨ ਵਾਸਤੇ ਇਹਨਾਂ ਨੇ ਇਹੋ ਜਿਹੀਆਂ ਰਿਪੋਰਟਾਂ ਦਿੱਤੀਆਂ ਉਹਨਾਂ ਨੂੰ ਜਾ ਕੇ ਉੱਥੇ ਇਹਦਾ ਦੂਜਾ ਇੱਥੇ ਦਾ ਖਾਲਿਸਤਾਨ ਬਣ ਜੂਗਾ ਇਹਦਾ ਦੂਜਾ ਹੋਰ ਹਿੰਦੁਸਤਾਨ ਨਾਲ ਵੱਖ ਦੇਸ਼ ਬਣ ਜੂਗਾ ਇਹਨਾਂ ਰਿਪੋਰਟਾਂ ਦੇ ਕਾਰਨ ਉਹਨੂੰ ਇਹ ਤਾਂ ਸਲਾਹ ਹੀ ਨਹੀਂ ਦਿੱਤੀ ਵੀ ਤੁਸੀਂ ਇਹਨਾਂ ਨਾਲ ਆ ਕੇ ਗੱਲ ਕਰੋ ਜਾਂ ਗੱਲ ਕਰਕੇ ਇਹਨਾਂ ਨੂੰ ਜਿਹੜਾ ਕੁਛ ਮੰਗਦੇ ਆ ਉਹ ਲਾਗੂ ਕਰ ਦਿਓ